ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ ਡੁੱਬਣ ਤੋਂ ਬੜਾ ਡਰਦੀ ਸੀ। ਪਾਰਕ ਵਿੱਚ ਗੱਲੀ ਲੱਗ ਗਈ ਤਾਂ ਉਦੋਂ ਤਰਾ ਨਿਕਲ ਜਾਂਦਾ। ਜਦੋਂ ਦੋਹਾਂ 'ਚੋਂ ਇੱਕ ਨਾ ਦੱਸਿਆ ਕਰਦਾ, ਅੰਨੇਵਾ ਤੋੜਪਿਆਂ ਕਰਦੀ। ਫਿਰ ਵੱਡੇ ਨੂੰ ਕੰਨਾਂ ਤੋਂ ਫੜ ਪੁੱਛਦੀ, ਨਿੱਕਾ ਕਿੱਥੇ ਈ? ਖੇਡੇ ਲੱਗਾ ਮੇਰੇ ਸਵਾਲ ਨੂੰ ਨਜ਼ਰਅੰਦਾਜ਼ ਕਰਨ ਲੱਗਾ ਤਾਂ ਚੰਡ ਕੱਢ ਮਾਰਦੀ ਤੇ ਆਖਦੀ, ਇਕੱਠੇ ਰਿਹਾ ਕਰੋ। ਸਕੂਲੋਂ ਆਉਂਦਿਆਂ ਵਕਫ ਵਕਾਉਂਦੇ ਤਾਂ ਫਿਰ ਛਿੜਕਾ ਮਾਰਦੀ। ਕਿੰਨੀ ਵਾਰ ਆਖਿਆ ਇਕੱਠੇ ਰਿਹਾ ਕਰੋ। ਦੋਵੇਂ ਇਕੱਠਾ ਰਹਾ ਕਰੋ ਇਹ ਸ਼ਬਦ ਮੇਰੇ ਜ਼ਿਹਨ ਦਾ ਹਿੱਸਾ ਬਣ ਗਏ ਸੀ ਫਿਰ ਦੋਵੇਂ ਅਚਾਨਕ ਹੀ ਵੱਡੇ ਹੋ ਗਏ ਵਿਆਹੀ ਗਏ ਬੱਚਿਆਂ ਵਾਲੇ ਵੀ ਹੋ ਗਏ ਮੌਸਮ ਦਾ ਮિજાਜ ਵੀ ਥੋੜਾ ਬਦਲ ਜਿਆ ਗਿਆ ਹੁਣ ਅਕਸਰ ਹੀ ਮਾਨੀ ਮਾਨਰ ਅਰਦਾਸ ਕਰਿਆ ਕਰਦੀਆਂ ਦੋਵੇਂ ਵੱਖੋ ਵੱਖੀ ਰਹਿਣ ਕਦੇ ਇਕੱਠੇ ਨਾ ਹੋਣ ਜਾਣਦੀਆਂ ਕਿ ਜਦੋਂ ਵੀ ਇਕੱਠੇ ਹੋਏ ਤਾਂ ਜ਼ਰੂਰ ਲੜਨਗੇ ਪ੍ਰਾਪਰਟੀ ਤੋਂ ਬੈਂਕ ਬੈਲੈਂਸ ਤੋਂ ਹਰ ਨਿੱਕੀ ਵੱਡੀ ਚੀਜ਼ ਤੋਂ ਜੇ ਆਪੋ ਚ ਨਾ ਲੜੇ ਤਾਂ ਮੈਨੂੰ ਸੂਈ ਦੇ ਨੱਕੇ ਚੋਂ ਤਾਂ ਜ਼ਰੂਰ ਹੀ ਲੰਗਾਉਣਗੇ ਹੁਣ ਰਹਿ ਗਈ ਸਾਡੇ ਨਾਮ ਲਿਖਵਾ ਤੈਨੂੰ ਕੱਲੀ ਨੂੰ ਹੁਣ ਸਭ ਕਾਸੇ ਦੀ ਕੀ ਲੋੜ ਪਰੇ ਜਾਂਦੀ ਵਾਰੀ ਕੁਝ ਆਖ ਗਏ ਸਨ ਅਜੇ ਵੀ ਘੁੱਟ ਕੇ ਪੱਲੇ ਨਾਲ ਬੰਨਿਆ ਹੋਇਆ ਹੈ ਜਜ਼ਬਾਤਾਂ ਦੇ ਵਹਿਣ ਚ ਵਹਿ ਤੁਰੀ ਕਦੇ ਮੋਹ ਮਮਤਾ ਵਾਲੇ ਦਰਿਆ ਦੀ ਡੁੰਗਾਈ ਮਾਪਣ ਬੈਠ ਗਈ ਤਾਂ ਇੱਕ ਪੈਰ ਕੰਡੇ ਤੇ ਜ਼ਰੂਰ ਰੱਖ ਲੈ। ਦੋਵੇਂ ਪੈਰ ਚੁੱਕ ਸਿੱਧੀ ਛਾਲੀ ਮਾਰ ਦੇਣਗੀ ਤਾਂ ਪੱਕਾ ਡੁੱਬ ਜਾਏਗੇ। ਡੁੱਬਣ ਤੋਂ ਤਾਂ ਜੀ ਵੀ ਉਨਾ ਹੀ ਡਰ ਲੱਗਦਾ ਹੈ। ਸੋ ਹਮੇਸ਼ਾ ਅਰਦਾਸ ਕਰਦੀ ਰਹਾਂਗੀ। ਇਹ ਦੋਵੇਂ ਕਦੇ ਵੀ ਇਕੱਠੇ ਨਾ ਹੋਣ। ਚੰਗੀ ਤਰ੍ਹਾਂ ਪਤਾ ਹੈ ਕਿ ਜੇ ਉਹਨੂੰ ਜਿਉਂਦੇ ਜੀ ਇਸ ਕਿਸਮ ਦੀ ਅਰਦਾਸ ਕਰਨੀ ਪੈ ਜਾਏ ਉਸ ਤੋਂ ਵੱਧ ਕਿਸਮਤ ਹੋਰ ਕੌਣ ਹੋ ਸਕਦਾ ਹੈ। ਪਰ ਖੁਦ ਨੂੰ ਜਿਉਂਦੇ ਰੱਖਣ ਲਈ ਮੈਨੂੰ ਚੀਜ਼ਾਂ ਕੁਰਬਾਨ ਕਰਨੀਆਂ ਆ ਗਈਆਂ। ਅਗਲੀ ਕਹਾਣੀ ਮੋਹ ਮਾਇਆ ਐਂਡ ਮਨੀ ਸਨ 16 ਵਿੱਚ ਬਣੀ ਹਿੰਦੀ ਫਿਲਮ ਕਮਾਲ ਦੀ ਸਟੋਰੀ ਲਾਈਨ ਇੱਕ ਐਸੀ ਸੋਚ ਤੇ ਵਿਚਾਰਧਾਰਾ ਦੀ ਗੱਲ ਜਿਹੜੀ ਲੋਭ ਮੋਹ ਦੇ ਘੋੜੇ ਤੇ ਚੜੀ ਨਾਇਕ ਰਣਵੀਰ ਸ਼ੋਰੀ ਨੂੰ ਹਰ ਵੇਲੇ ਮਿਡਲ ਕਲਾਸ ਤੋਂ ਅਮੀਰ ਕਲੱਬ 'ਚ ਜਾਣ ਲਈ ਕਿਸੇ ਵੀ ਹੱਦ ਤੱਕ ਤੁਰ ਜਾਣ ਲਈ ਪ੍ਰੇਰਦੀ ਪ੍ਰਾਪਰਟੀ ਰੀਲਰ ਦਾ ਧੰਦਾ ਨੇ ਕਿਆ ਮੋਟੀਆਂ ਹੈਰਾ ਫੇਰੀਆਂ ਕਰਦਾ ਇੱਕ ਦਿਨ ਇਹ ਐਸੇ ਚੱਕਰ ਚ ਜਾ ਫਸਦਾ ਹੈ ਕਿ ਪਰਿਵਾਰ ਘਰ ਬਾਹਰ ਨੌਕਰੀ ਇੱਜ਼ਤ ਸੁੱਖ ਚੰਨ ਸਭ ਕੁਝ ਗਵਾਚ ਜਾਂਦਾ ਅਖੀਰ ਝੂਠਾ ਇੰਸ਼ੋਰੈਂਸ ਕਲੇਮ ਲਈ ਆਪਣੇ ਆਪ ਨੂੰ ਮਰਿਆ ਸਾਬਤ ਕਰਨ ਲਈ ਇੱਕ ਕਤਲ ਵੀ ਕਰ ਦਿੰਦਾ ਹੈ ਇਨਸਾਨ ਦਾ ਮਨ ਸ਼ੈਤਾਨ ਦੀ ਫੈਕਟਰੀ ਕਿੱਦਾਂ ਬਣ ਜਾਂਦੀ ਇੱਥੇ ਵਿਖਾਇਆ ਇੱਕ ਝੂਠ ਮਗਰੋਂ ਦੂਜਾ ਫਿਰ ਤੀਜਾ ਧੋਖਿਆਂ ਦੀ ਨਾ ਮੁੱਕਣ ਵਾਲੀ ਲੜੀ ਦੌੜ ਲਾਲਸਾ ਖਿੱਚ ਟਕਾ ਚੰਦ ਰੋਸ਼ਨੀ ਲਾਪਰਵਾਹੀ ਹੋਰ ਬਣਾ ਲੈਣ ਦੀ ਬਾਹੋਦਾਈ ਇੰਜ ਦੇ ਕਿੰਨੇ ਅਸਲੀ ਪਾਤਰ ਖੁਦ ਅੱਖੀਂ ਵੇਖੇ ਬੇਸ਼ੁਮਾਰ ਦੌਲਤ ਵੀ ਕਮਾਈ ਲੋਕਾਂ ਨੂੰ ਵਕਤੀ ਤੌਰ ਤੇ ਪ੍ਰਭਾਵਿਤ ਵੀ ਕੀਤਾ ਪਰ ਛੇਤੀ ਕਿਸੇ ਗਲਤ ਫੈਸਲੇ ਕਾਰਨ ਦੀਵਾ ਬੁੱਝ ਗਿਆ ਮੁੜ ਸਦੀਵੀ ਹਨੇਰਾ ਕਈਆਂ ਲਾਲਚ ਵਸ ਆਪਣੀ ਔਲਾਦ ਦੇ ਗਲਤ ਥਾਂ ਰਿਸ਼ਤੇ ਵੀ ਕਰਵਾ ਦਿੱਤੇ ਜਵੈਨ ਆਏਗੀ ਪੈਸਾ ਆਏਗਾ ਪਰ ਸਰੀਰਾਂ ਤੋਂ ਪਹਿਲਾਂ ਦਿਲਾਂ ਦੇ ਮੇਲੇ ਨਹੀਂ ਕਰਵਾਏ ਉਹ ਇੱਕ ਦੂਜੇ ਸੰਗ ਚਲੇ ਤਾਂ ਜ਼ਰੂਰ ਪਰ ਰੇਲ ਪਟੜੀਆਂ ਵਾਂਗ ਕਦੀ ਨਾ ਮਿਲ ਸਕੇ ਕਈਆਂ ਚਕਾ ਚੌਂਦ ਵਾਲਾ ਤਾਜ ਪਹਿਣ ਬਾਕੀ ਦੁਨੀਆ ਨੂੰ ਇਹ ਅਹਿਸਾਸ ਕਰਵਾਇਆ ਕਿ ਤੁਸੀਂ ਛੋਟੇ ਉਹ ਘਟਿਆ ਉਹ ਨਖੇਦੋ ਪਰ ਥੋੜ ਚਰੀ ਬੱਲੇ ਬੱਲੇ ਮਗਰੋਂ ਐਸੇ ਗਵਾਚੇ ਕਿ ਨਾਮੋ ਨਿਸ਼ਾਨ ਹੀ ਮਿਟ ਗਿਆ ਆਪਣੀ ਜਵਾਨ ਹੁੰਦੀ ਔਲਾਦ ਨੂੰ ਇੱਕ ਹੋਰ ਫਿਲਮ ਜ਼ਰੂਰ ਦਿਖਾਓ ਰਾਕਟ ਸਿੰਗ ਸੇਲਸਮੈਨ ਆਫ ਦਾイヤー ਮੁੱਖ ਪਾਤਰ ਹਰਪ੍ਰੀਤ ਸਿੰਘ 베ਦੀ ਯਾਨੀ ਰਣਬੀਰ ਕਪੂਰ ਕਿਹੜੇ ਕਿਹੜੇ ਸੂਈ ਦੇ ਨੱਕਿਆਂ ਚੋਂ ਨਿਕਲਦਾ ਅਧਿਆਪਕ ਲਾਈਨ ਵਾਲੇ ਤੇ ਹਮੇਸ਼ਾ ਆਪਣੀ ਔਲਾਦ ਨੂੰ ਕਿਸੇ ਨਾ ਕਿਸੇ ਗੱਲੋਂ ਕੋਸਦਾ ਹੀ ਰਹਿੰਦੇ ਤਾਰੇ ਜ਼ਮੀਨ 'ਤੇ ਫਿਲਮ ਜ਼ਰੂਰ ਵੇਖਣ ਮਾੜਾ ਪ੍ਰੇਸ਼ਟ ਸਿਸਟਮ ਨੌਜਵਾਨੀ ਦੇ ਮਨ ਤੇ ਕਿਦਾਂ ਅਸਰ ਅੰਦਾਜ਼ ਹੁੰਦਾ ਹੈ ਉਹ ਹਥਿਆਰ ਚੁੱਕਣ ਲਈ ਕਿਦਾਂ ਮਜਬੂਰ ਹੁੰਦੀ ਏ ਵੇਖਣਾ ਹੈ ਤਾਂ ਰੰਗ ਦੇ ਬਸੰਤੀ ਨਾਮ ਦੀ ਫਿਲਮ ਵੇਖਣ ਦੀ ਸਿਫਾਰਿਸ਼ ਕਰਾਂਗਾ ਕਸ਼ਮੀਰ ਫਾਇਲ ਦੇ ਇੱਕ ਪਾਸੜ ਮਾਹੌਲ 'ਚ ਇਰਫਾਨ ਖਾਨ ਤੇ ਸ਼ਾਹਿਦ ਖਪੂਰ ਦੀ ਹੈਦਰ ਜ਼ਰੂਰ ਵੇਖੋ ਕਸ਼ਮੀਰ ਦੀ ਅਸਲ ਦੁੱਖ ਦੀ ਲੱਗ ਕੀ ਹੈ ਝੂਠੇ ਮੁਕਾਬਲੇ ਤੇ ਅਸਲੀ ਮੁਕਾਬਲੇ ਕੀ ਹੁੰਦੇ ਪਤਾ ਲੱਗ ਜਾਓ ਲਿਸਟ ਲੰਮੀ ਹੈ ਪਰ ਇੰਨੀ ਗੱਲ ਜ਼ਰੂਰ ਆਖਾਂਗਾ ਕਿ ਬੰਬਈ ਬੈਠੇ ਕਈ ਨਿਰਮਾਤਾ ਅਜੇ ਵੀ ਉਲਟੇ ਪਾਣੀ ਤਰਨ ਦਾ ਮਾਦਾ ਰੱਖਦੇ ਆ ਕੁਝ ਨਾ ਕੁਝ ਐਸਾ ਜ਼ਰੂਰ ਸਿਰਜ ਹੀ ਜਾਂਦੀ ਜਿਹੜਾ ਮੂੜੇ ਇਤਿਹਾਸ ਬਣ ਅਸਲ ਸੁਨਹਿਰੀ ਭਵਿੱਖ ਸਿਰਜਣ ਦੀ ਸਮਰਥਾ ਰੱਖਦਾ ਹੈ ਡੈਡੀ ਹੋਰਾਂ ਨੇ ਦਾਦੇ ਜੀ ਨੂੰ ਕਦੀ ਵੀ ਇੰਜਨ ਦੀ ਗਰਾਰੀ ਨਹੀਂ ਸੀ ਘੁਮਾਣ ਦਿੱਤੀ ਆਖਦੇ ਹਾਰਟ ਦੀ ਕਸਰੇ ਡੈਡੀ ਇੱਕ ਦਿਨ ਅਚਾਨਕ ਰਵਾਨਗੀ ਪਾ ਗਏ ਕੁਝ ਦਿਨਾਂ ਮਗਰੋਂ ਦਾਦਾ ਜੀ ਮੈਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਲੈ ਤੁਰੇ ਮਗਰੇ ਦੌੜੇ ਆਂਦੇ ਵੀਰ ਨੂੰ ਵੀ ਕੁਛੜ ਚੁੱਕ ਲਿਆ ਉਸ ਵੇਲੇ ਐ ਸਾਸ ਨਹੀਂ ਸੀ ਕਿ ਨਾ ਬੁੱਢੇ ਹੱਡਾਂ ਨੂੰ ਹੁਣ ਮੇਰੇ ਬਾਪ ਦੇ ਫਰਜ਼ ਵੀ ਨਿਭਾਉਣੇ ਪੈਣੇ ਆ। ਇੰਜਨ ਤੇ ਪੋਜੋ ਨਾ ਗਰਾਰੀ ਚੁੱਕ ture ਨਾਲ ਟਿਕਾ ਸਾਡੇ ਦੋਹਾਂ ਵਾਲ ਵੇਖਿਆ ਤੇ ਜ਼ੋਰ ਨਾਲ ਘੁਮਾ ਦਿੱਤੀ। ਇੰਜਨ ਸਟਾਰਟ ਹੋ ਗਿਆ। ਪਾਣੀ ਦੀ ਧਾਰ ਚ ਬੱਚੇ ਚ ਜਾ ਪਈ। ਉਸ ਦਿਨ ਮਗਰੋਂ ਮੈਨੂੰ ਮੇਰਾ ਦਾਦਾ ਜੀ ਹਮੇਸ਼ਾ ਖੇਤਾਂ ਚ ਮਿੱਟੀ ਉਹ ਮਿੱਟੀ ਹੁੰਦਾ ਦੱਸਿਆ। ਫਿਰ ਜਿਸ ਨੇ ਨਿੱਕੇ ਵੀਰ ਦੀ ਮੰਗਣੀ ਕੀਤੀ ਤਾਂ ਬੜਾ ਖੁਸ਼। ਪੱਬ ਧਰਤੀ ਤੇ ਨਾ ਲੱਗਣਾ। ਇੰਜ ਲੱਗਿਆ ਜਿਦਾਂ ਬੜੇ ਚਿਰ ਤੋਂ ਸੁੱਕ ਗਏ ਅੰਬ ਦੇ ਬੂਟੇ ਨੂੰ ਬੂਰ ਪੈਣ ਜਾ ਰਿਹਾ ਹੋਵੇ ਅਸੀਂ ਵੀਰ ਦਾ ਵਿਆਹ ਮੰਗਦੇ ਪਰ ਅਗਲੇ ਪਾਸਿਓਂ ਗੱਲ ਅੱਗੇ ਪਾਈ ਪਈ ਜਾਂਦੀ ਰਹੀ ਮੇਰਾ ਵੀਰ ਅਕਸਰ ਕਿਸੇ ਗੱਲੋਂ ਪਰੇਸ਼ਾਨ ਜਿਹਾ ਲੱਗਦਾ ਪਰ ਸਾਨੂੰ ਕੁਛ ਨਾ ਦੱਸਦਾ ਫਿਰ ਜ਼ੋਰ ਪਾ ਕੇ ਵਿਆਹ ਕਰ ਹੀ ਦਿੱਤਾ ਕਿੰਨੇ ਸਾਰੇ ਚਾਮਲਾਰ ਮਾਂ ਨੂੰ ਜਵਾਨੀ ਤੇ ਚਲੇ ਗਏ ਸਿਰ ਦੇ ਸਾਈ ਦਾ ਦੁੱਖ ਵੀ ਭੁੱਲ ਗਿਆ ਗਿਆ ਪਰ ਪਾਣੀ ਵਾਰ ਵੇੜੇ ਅੰਦਰ ਲਿਆਂਦੀ ਗਈ ਦੇ ਚਿਹਰੇ ਤੇ ਹਮੇਸ਼ਾ ਜੀਬ ਜੇ ਹਾ ਭਵ ਹਰ ਵੇਲੇ ਬਸ ਗੁਆਚੀ ਗੁਆਚੀ ਜੀ ਮੇਰੀ ਮਾਂ ਦਖਲ ਨਾ ਦਿੰਦੀ ਸੋਚਦੀ ਆਪਸੀ ਮਾਮਲਾ ਹੈ ਉਹਦੀਆਂ ਸਾਰੀਆਂ ਕਾਲਾਂ ਵੀਰ ਦੇ ਸੈੱਲ ਤੇ ਆਉਂਦੀਆਂ ਫਿਰ ਸਾਰਿਆਂ ਨੇ ਜ਼ੋਰ ਦੇ ਕੇ ਬੰਦ ਪਿਆ ਫੋਨ ਚਾਲੂ ਕਰਵਾਇਆ ਤਾਂ ਅੰਦਰੋਂ ਵਿਆਹ ਤੋਂ ਪਹਿਲਾਂ ਦੇ ਕਿੰਨੇ ਸਾਰੇ ਕਿਸੇ ਕਹਾਣੀਆਂ ਜਵਾਲਾਮੁਖੀ ਦੇ ਲਾਵੇ ਵਾਂਗ ਫੁੱਟ ਬਾਹਰ ਆ ਪਏ ਹੁਣ ਉਸ ਕੋਲ ਵੀਰ ਦੇ ਕਿੰਨੇ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਅਖੀਰ ਤਿੰਨ ਦਿਨਾਂ ਮਗਰੋਂ ਵਾਪਸ ਪੇਕੇ ਚਲੀ ਗਈ ਮੇਰੀ ਮਾਂ ਦੀਆਂ ਆਸਾਂ ਦਾ ਦੀਵਾ ਵੀ ਬੁੱਝ ਗਿਆ। ਫੇਰ ਇੱਕ ਦਿਨ ਖਬਰ ਮਿਲੀ ਮੈਂ ਸਿੱਧੀ ਹਸਪਤਾਲ ਲੱਪੜ ਗਈ। ਵੀਰ ਅਜੇ ਪੂਰੀ ਹੋਸ਼ਟ ਸੀ। ਡਾਕਟਰ ਅੰਦਰ ਗਈ। ਸਲਫਾਸ ਬਾਹਰ ਕੱਢਣ ਦੇ ਜਦੋਜਹਿਜ ਚੱ ਸੰ। ਮੈਂ ਬਾਰ-ਬਾਰ ਇਹ ਗੱਲ ਪੁੱਛਦੀ ਰਹੀ ਕਿ ਤੂੰ ਇੰਜ ਕਿਉਂ ਕੀਤਾ? ਜੇ ਕੋਈ ਦਗਾ ਦੇ ਜਾਏ ਤਾਂ ਜ਼ਿੰਦਗੀ ਮੁੱਕ ਥੋੜਾ ਜਾਂਦੀ ਏ। ਪਰ ਅਗਲੇ ਦਿਨ ਸਾਨੂੰ ਧੋਖਾ ਦੇ ਗਿਆ। ਵੇੜੇ ਲੱਗਾ ਰੁੱਖ ਇੱਕ ਵਾਰ ਫੇਰ ਸੁੱਕ ਗਿਆ। मां ਬਹੁਤ ਜ਼ਿਆਦਾ ਰੋਈ ਨਹੀਂ ਬਸ ਚੁੱਪ ਜੀ ਕਰ ਗਈ ਸ਼ਾਇਦ ਸਭ ਕੁਝ ਦੀ ਆਦੀ ਹੋ ਗਈ ਸੀ ਪਰ ਮੇਰੇ ਦਾਦੇ ਕੋਲ ਹੁਣ ਆਪਣੇ ਇੰਜਨ ਵਾਲੇ ਬੋਰ ਤੇ ਜਾਣ ਦੀ ਵੀ ਹਿੰਮਤ ਨਹੀਂ ਰਹੀ ਬੁੱਢਾ ਹੋ ਗਿਆ ਸੀ ਸ਼ਾਇਦ ਮੰਜੇ ਤੇ ਬੈਠਾ ਬਸ ਅਸਮਾਨ ਤੇ ਫੈਲੇ ਤਾਰਾ ਮੰਡਲ ਨੂੰ ਹੀ ਵੇਖੀ ਜਾਂਦਾ ਸ਼ਾਇਦ ਸੋਚਦਾ ਜੋ ਬਨ ਰੁੱਤੇ ਜੇ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾ ਵਾਲਾ ਪਰ ਵੀ ਰਾਸ਼ਿਕ ਜ਼ਰੂਰ ਸੀ ਪਰ ਕਰਮਾਂ ਵਾਲਾ ਬਿਲਕੁਲ ਵੀ ਨਹੀਂ ਜੇ ਹੁੰਦਾ ਤਾਂ ਇੰਜ ਨਾ ਮੁੱਕਦਾ ਵੀਰ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ ਇੱਕ ਦਿਨ ਡੂੰਗਾ ਟੋਇਆ ਪੁੱਟ ਉਹਦੇ ਨਾਮ ਦਾ ਇੱਕ ਬੂਟਾ ਲਾ ਦਿੱਤਾ ਨਾਮ ਰੱਖ ਦਿੱਤਾ ਜੱਸੀ ਅੱਜ ਖੁਸ਼ ਹਾਂ ਕਿਉਂਕਿ ਜੱਸੀ ਦੀਆਂ ਕੁਰੰਬਲਾਂ ਫੁੱਟੀਆਂ ਨੇ ਜੱਸੀ ਦਾ ਮਨਪਸੰਦ ਗੀਤ ਸੁਣਦੀ ਹੋਈ ਉੱਪਰ ਵੱਲ ਨੂੰ ਤੱਕੀ ਜਾ ਰਹੀਆਂ ਬੀਤ ਜਾਣੀਆਂ ਰੁੱਤਾਂ ਹਾਨੀਆਂ ਜੇ ਨਾ ਮਾਣੀਆਂ ਟੋਲਦਾ ਰਵੇ ਅਜੀਬੀ ਮਨਿ ਮਨਾਖੀ ਜਾ ਰਹੀਆਂ ਕਿ ਕਾਲੀ ਕਰ ਗਿਆ ਇੱਕ ਵਾਰ ਦਿਲ ਫਰੋਲ ਲੈਂਦਾ ਇੰਜ ਕਦੇ ਵੀ ਨਾ ਜਾਣ ਦਿੰਦੀ ਜੇ ਕੋਈ ਤੁਖਾ ਦੇ ਜਾਏ ਤਾਂ ਭਲਾ ਜ਼ਿੰਦਗੀ ਥੋੜਾ ਮੁੱਕ ਜਾਇਆ ਕਰਦੀ ਏ ਜੀ ਇਹ ਜ਼ਮੀਨ ਕੀ ਵੀ ਇੱਕ ਅਜੀਬ ਫਿਤਰਤ ਹੈ ਹਰ ਚੀਜ਼ ਕੋ ਸੋਖ ਲਿਆ ਕਰਦੀ ਹੈ ਵਰਨਾ ਅਕਸੇ ਗਿਰਨੇ ਵਾਲੋਂ ਕਾ ਵੀ ਇੱਕ ਅਲੱਗ ਸੇ ਸਮੁੰਦਰ ਹੋਤਾ ਧੰਵਾਦ